بسم اللہ الرحمن الرحیم السلام علیکم دوستو دوستو ਅੱniej ਅਸੀਂ ਲੈ ਕੇ ਆਏ ਆ ਐਮ ਐਫ 240 ਤੇ ਬਿਹਤਰੀਨ ਕੰਡੀਸ਼ਨ ਦੇ ਵਿੱਚ ਟਰੈਕਟਰ ਫਾਰ ਸੇਲ ਮਾਡਲ ਹੈਗਾ 85 ਸ਼ੋਇੰਦੀ ਬਿਲਕੁਲ ਜੈਨੂਨ ਹੈ ਕੋਈ ਰੰਗਸ਼ਾਂਗ ਨਹੀਂ ਹੋਇਆ ਹੋਇਆ ਦੇਖ ਸਕਦੇ ਹੋ ਤੁਸੀਂ ਬੰਪਰ ਇਹਨੂੰ ਲੱਗਿਆ ਆ ਟਾਇਰ ਬਿਲਕੁਲ 0 ਮੀਟਰ ਨੇ ਇੰਜਨ ਦਾ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਮਾਲਕ ਕਹਿ ਰਹੇ ਨੇ ਕਿ ਬਿਲਕੁਲ ਜੈਨਮਨ ਹੈ ਵਿਲੈਤੀ ਇਹ ਕੋਈ ਰੰਗ ਸ਼ੰਗ ਨਹੀਂ ਹੋਇਆ ਆ ਇੰਜਨ ਮਾਲਕ ਕਹਿ ਰਹੇ ਨੇ ਕਿ ਤੁਹਾਨੂੰ ਅੰਦਰੋਂ ਫੁੱਲ ਟਾਈਟ ਮਿਲੇਗਾ ਜਿਹੜੇ ਮੇਦੇ ਵੀਰ ਖਰੀਦਣਾ ਚਾਹੁੰਦੇ ਨੇ ਮਾਲਕ ਦਾ ਮੋਬਾਈਲ ਨੰਬਰ ਹਾਂ ਤੇ ਸਕਰੀਨ ਤੇ ਸ਼ੋ ਹੋ ਜਾਏਗਾ ਰਾਬਤਾ ਕਰਕੇ ਖਰੀਦ ਸਕਦੇ ਨੇ ਰੰਗ ਇਹਦਾ ਬਿਲਕੁਲ ਆਪਣਾ ਹੈ ਉੱਤੇ ਕੋਈ ਰੰਗ ਨਹੀਂ ਹੋਇਆ ਆ ਬਾਕੀ ਨਸਤਰ ਵਗੈਰਾ ਥੱਲੋਂ ਨਿਕਲਿਆ ਆ ਲੀਕੇਜ ਵਗੈਰਾ ਮਾਲਕ ਕਹਿ ਰਹੇ ਕੋਈ ਨਹੀਂ ਬਾਕੀ ਅ ਵਰਕਿੰਗ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਕੜਾਪੀਨੀਅਮ ਕ੍ਰੈਂਕ ਕ੍ਰੈਂਕ ਦਾਸ ਤੇ ਆ ਕੜਾਪੀਨੀਅਮ ਇਹਦਾ ਵਿਲੈਤੀ ਹੈ ਹਾਂਡੇ ਨੱਕੇ ਦਾ ਬਿਲਕੁਲ ਸਾਫ਼ ਹੈ ਆਪਣਾ ਖੋਲ ਕੇ ਮਾਲਕ ਗਰੰਟੀ ਦੇਣਗੇ ਖੋਲ ਕੇ ਤੁਸੀਂ ਚੈੱਕ ਕਰ ਸਕਦੇ ਹੋ ਬਕਾਇਆ ਗੇਰੀ ਸਾ ਮਾਲਕ ਕਹ ਰਿਹਾ ਸੀ ਵੀ ਇਹ ਅਜ ਤੱਕ ਇਹਦਾ ਨਹੀਂ ਖੁੱਲਿਆ ਜਿਹੜਾ ਹੈਗਾ ਉਹ ਵਿਲੈਤੀ ਹੈ ਅਸੀਂ ਨਾ ਇਹ ਖਲਾਇਆ ਨਾ ਇਹ ਖੁੱਲਿਆ ਰੂਪਾਂ ਦੀਆਂ ਬਿਲਕੁਲ ਓਕੇ ਨੇ ਜਿਹੜੀਆਂ ਜੈਨੂਨ ਹੁੰਦੀਆਂ ਨੇ ਗੇਅਰ ਬਕਸਾ ਬਿਲਕੁਲ ਜੈਨੂਨ ਹੈ ਬਕਾਇਆ ਦੀ ਬੈਟਰੀ ਜਿਹੜੀ ਅੱਛੀ ਕੰਡੀਸ਼ਨ ਦੇ ਵਿੱਚ ਸਲਫਟ ਸਟਾਰਟ ਮਿਲੇਗਾ ਤੇ 235 ਸਾਲ ਹੋ ਗਏ ਨੇ ਤੇ ਮਾਲਕ ਕਹਿ ਰਹੇ ਨੇ ਕਿ ਜ਼ਿਆਦਾ ਤਾਂ ਟਰੈਕਟਰ ਆਪਣੀ ਜੈਨੂਨ ਹਾਲਤ ਚ ਪਿਆ ਹੈ ਪਿਛਲੇ ਟਾਇਰ ਪੋਣੇ ਨੇ ਤੁਸੀਂ 14 ਪੁਆਇੰਟ ਮਾਲਕ ਕਹਿ ਰਿਹਾ ਲੇਕਿਨ ਤੁਸੀਂ ਪੋਣੇ ਟਾਇਰ ਗੇਨ ਲੋ ਤੁਹਾਡੇ ਸਾਹਮਣੇ ਨੇ ਪੁਆਇੰਟ ਤੁਸੀਂ ਖੁਦ ਬਣਾ ਲਿਆ ਜੇ ਰੇਮਿੰਗ ਦੇ ਜਿਹੜੇ ਨੇ ਉਹ ਵੀ ਬੇਦਾਗ ਨੇ ਕੋਈ ਡੈਮੇਜ ਨਹੀਂ ਹੋਏ ਹੋਏ ਹਾਂ ਦੇਖ ਸਕਦੇ ਹੋ ਤੇ ਲੋਕੇਸ਼ਨ ਹੈਗੀ ਇਹਦੀ ਲਾਹੌਰ ਦੀ ਨੰਬਰ ਇਹਨੂੰ ਵੀਰ ਹੋਰ ਦਾ ਲੱਗਿਆ ਆ ਕਾਗਜ਼ਾਤ ਮਾਲਕ ਕਹਿ ਰਿਹਾ ਬਿਲਕੁਲ ਤੁਹਾਨੂੰ ਕਲੀਅਰ ਮਿਲਣਗੇ ਬੈਕ ਸਾਈਡ ਤੇ ਤੁਹਾਨੂੰ ਹੁਕ ਮਿਲੇਗੀ ਅੱਛੀ ਕੰਡੀਸ਼ਨ ਚੋਂ ਕੇ ਲੈਂਕਾਂ ਇਹਨੀਆਂ ਜਿਹੜੀਆਂ ਬਿਲਕੁਲ ਬੇਦਾਖ ਨੇ ਦੂਜੀ ਸਾਈਡ ਤੋਂ ਜਨਰੇਟਰ ਅੱਛਾ ਵਾਲਾ ਲੱਗਿਆ ਆ ਜੇ ਦੇਖ ਸਕਦੇ ਹੋ ਲਾਈਟਾਂ ਦੀਆਂ ਬਿਲਕੁਲ ਓਕੇ ਨੇ ਜਿਹੜੇ ਗੋਡੇ ਵਗੈਰਾ ਨੇ ਇਹ ਵੀ ਇਹਦੇ ਬਿਲਕੁਲ ਜ਼ਬਰਦਸਤ ਕੰਡੀਸ਼ਨ ਚ ਟਰੈਕਟਰ ਨੂੰ ਕੋਈ ਟੈਕਨੀਕਲ ਡਿਫਾਲਟ ਕੋਈ ਨਹੀਂ ਮਾਲਕ ਕਹਿ ਰਹੇ ਨੇ ਮੈਂ ਕਹਾ مزید ਅਗਰ ਕੋਈ ਇਨਫਾਰਮੇਸ਼ਨ ਚਾਹੀਦੀ ਹੋ ਤਾਂ ਮਾਲਕ ਨਾਲ رابطہ ਕਰਕੇ ਤੁਸੀਂ ਲੈ ਸਕਦੇ ਹੋ ਲੋਕੇਸ਼ਨ ਫਿਰ ਦੱਸ ਦਿਆਂਗਾ ਲਾਹੌਰ ਸ਼ਹਿਰ ਦੀ ਦਰੋਗੇ ਵਾਲੇ ਦੀ ਹੈ ਨੰਬਰ ਇਹਨੂੰ ਲਾਹੌਰ ਦਾ ਹੈ ਕਾਗਜ਼ਾਤ ਇਹਦੇ ਲਾਹੌਰ ਦੇ ਕਲੀਅਰ ਨੇ ਜਿਹੜੇ ਮੇਰੇ ਵੀਰ ਇਸੇ ਤਰ੍ਹਾਂ ਆਪਣਾ ਟਰੈਕਟਰ ਵੀ ਸੇਲ ਕਰਨਾ ਚਾਹੁੰਦੇ ਹੋਣ ਤੇ ਕਮੈਂਟ ਬਾਕਸ ਚ ਆਪਣਾ ਨਾਮ ਨੰਬਰ ਵਟਸਐਪ ਕਰਨ ਤੇ ਅਸੀਂ ਤੁਹਾਨੂੰ ਟਰੈਕਟਰ ਫਾਰ ਸੇਲ ਤੇ ਲਾ ਦੇਵਾਂਗੇ ਅਗਰ ਤੈਨੂੰ ਟਰੈਕਟਰ ਚੰਗਾ ਲੱਗਦਾ ਪਿਆ ਤਾਂ ਵੀਡੀਓ ਲਾਈਕ ਕਰ ਦਿਓ ਲੈਣਾ ਦੇਣਾ ਨਸੀਬ ਦੀ ਖੇਡ ਹੁੰਦੀ ਹੈ ਕਮੈਂਟ ਵਿੱਚ ਕੀਮਤੀ ਰਾਏ ਜ਼ਰੂਰ ਦਿਓ ਜਿਹੜੀ ਇਹ ਮਾਲਕ ਡਿਮਾਂਡ ਦੱਸਣਗੇ ਡਿਮਾਂਡ ਤੇ ਕੁਝ ਰੇਂਜ ਤੋਂ ਜ਼ਿਆਦਾ ਹੀ ਦੱਸਦੇ ਪਏ ਨੇ ਲੇਕਿਨ ਸਾਡਾ ਫਰਜ਼ ਹੈ ਉਹ ਡਿਮਾਂਡ ਤੈਨੂੰ ਦੱਸ ਦੇਣਾ ਉਹ ਕੋ ਲੈਣਾ ਹੈ ਜਾਂ ਨਾ ਲੈਣਾ ਤੇ ਹੈਡੀ ਨਸੀਬ ਦੀ ਗੱਲ ਹੈ ਉਹ ਦੇਖ ਸਕਦੇ ਹੋ ਮਾਲਕ ਇਹਦੀ ਜਿਹੜੀ ਡਿਮਾਂਡ ਕਰਦਾ ਪਿਆ ਉਹ ਕਰਦਾ ਪਿਆ 5 ਲੱਖ ਰੁਪਇਆ ਮੰਗਦਾ ਪਿਆ ਇਹ 5 ਲੱਖ ਕਿਹੜੀ ਚੀਜ਼ ਦਾ ਮੰਗਦਾ ਪਿਆ ਟਰੈਕਟਰ ਕਿ ਆ ਵਾਕਈ 5 ਲੱਖ ਦਾ ਹੈਗਾ ਜਾਂ ਨਹੀਂ ਹੈਗਾ ਇਹ ਇੱਕ ਮਿੰਟ ਜੀ ਤੁਸੀਂ ਜ਼ਰੂਰ ਦੱਸਣਾ ਕਿਉਂਕਿ ਸਾਨੂੰ ਜੋ ਡਿਮਾਂਡ ਕਹਿ ਦੇਣੀ ਅਸੀਂ ਉਹ ਕਹਿ ਦੇਣੀ ਤੇ ਦੇਣ ਵਾਲੇ ਨੇ ਵੀ ਇੰਨੀ ਨਹੀਂ ਦੇਣੀ ਉਹਨੇ ਕਾਟਾਵਾਦਾ ਕਰਵਾ ਲੈਣਾ ਬਾਕੀ ਮਾਲਕ ਕਹਿ ਰਿਹਾ ਕਿ ਟਰੈਕਟਰ ਦੀ ਬੜੀਆਂ ਤਰੀਫਾਂ ਕਰ ਰਿਹਾ ਜਿਹੜੇ ਮੇਰੇ ਵੀ ਲੈਣਾ ਚਾਣ ਇਨੂੰ ਖਰੀਦ ਸਕਦੇ ਨੇ ਅਗਰ ਤੁਹਾਨੂੰ ਮਿਹਨਤ ਚੰਗੀ ਲੱਗੀ ਤੇ ਵੀਡੀਓ ਲਾਈਕ ਕਰ ਦਿਓ ਜੇ ਕਮੈਂਟ ਵਿੱਚ ਕੀਮਤੀ ਰਾਏ ਜ਼ਰੂਰ ਦੇ ਆ ਜੇ ਨੰਬਰ ਸਕਰੀਨ ਤੇ ਸ਼ੋ ਹੋ ਗਿਆ اجازت چاہਨੇ ਆ ਅੱਲਾਹ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ